ਅਮਰੀਕਾ ਦੇ ਰਾਜ ਨਿਊਯਾਰਕ ਵਿੱਚ ਬੀਤੇ ਸਮੇਂ ਦੌਰਾਨ ਭਰਤੀ ਹੋਈ ਇੱਕ ਸਿੱਖ ਨੌਜਵਾਨ ਨੂੰ ਦਾੜੀ ਕੱਟਣ ਸੰਬੰਧੀ ਕੀਤੀ ਗਈ ਹਦਾਇਤ ਤੇ ਸਥਾਨਕ ਪ੍ਰਸ਼ਾਸਨ ਨੇ ਮੁੜ ਵਿਚਾਰ ਕਰਨ ਲਈ ਹਾਮੀ ਭਰੀ ਹੈ ਤੇ ਇਸ ਬਾਬਤ ਪੱਤਰ ਭਾਰਤੀ ਵਿਦੇਸ਼ ਮੰਤਰਾਲਾ ਨੂੰ ਭੇਜਿਆ ਹੈ ਉਠਾਏ ਗਏ ਇਤਰਾਜ਼ ਨੂੰ ਭਾਰਤ ਸਰਕਾਰ ਨੇ ਅਮਰੀਕਾ ਸਥਿਤ ਭਾਰਤੀ ਦੂਤਕਰ ਨੇ ਨਿਊਯਾਰਕ ਰਾਜਕੋਲ ਉਠਾਇਆ ਸੀ ਉਹਨਾਂ ਨੇ ਸੰਬੰਧੀ ਭਰੋਸਾ ਦਿੱਤਾ ਕਿ ਉਹ ਨਿਊਯਾਰਕ ਪੁਲਿਸ ਵਿੱਚ ਭਰਤੀ ਲਈ ਦਾੜੀ ਸੰਬੰਧੀ ਕੀਤੀਆਂ ਗਈਆਂ ਹਦਾਇਤਾਂ ਨੂੰ ਮੁੜ ਵਿਚਾਰਨਗੇ ਤਾਂ ਜੋ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਨਾ ਵੱਜੇ